ਜਿੰਦਾਬਾਹ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਨਜੀਤ ਸਿੰਘ ਸਿਮਰਾ ਸਵਾਗਤ ਕਰਦਾ ਐਸਵਾਈਐਲ ਦਾ ਮੁੱਦਾ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਹੈ ਐਸਵਾਈਐਲ ਕਰਕੇ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਦੇ ਵਿੱਚ ਇੱਕ ਤਲਖਵਾ ਚੱਲ ਰਹੀ ਹੈ ਐਸਵਾਈਐਲ ਤਾਂ ਇੱਕ ਛੋਟੀ ਜਿਹੀ ਨਹਿਰ ਆ ਪਰ ਇੱਕ ਹੋਰ ਨਹਿਰ ਜਿਹਨੂੰ ਰਾਜਸਥਾਨ ਕਨਾਲ ਕਿਹਾ ਜਾਂਦਾ ਹੈ ਅੱਜ ਅਸੀਂ ਉੱਥੇ ਮੌਜੂਦ ਹਾਂ ਫਰੀਦਕੋਟ ਦੀਆਂ ਚੌੜੀਆਂ ਨਹਿਰਾਂ ਤੇ ਜੋ ਕਿ 650 ਕਿਲੋਮੀਟਰ ਲੰਬੀ ਨਹਿਰ ਹੈ ਜਦੋਂ 1950 ਦੇ ਵਿੱਚ ਕੇਂਦਰ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਵਿਸ਼ਵ ਬੈਂਕ ਦੇ ਵਿੱਚ ਲਾਗੂ ਕਰਾਉਣ ਲਈ ਭੇਜਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਇਹ ਪ੍ਰੋਜੈਕਟ ਨਾ ਵਿਚਾਰਨਯੋਗ ਹੈ ਇਸ ਕਰਕੇ ਇਸ ਨੂੰ ਬਣਾਉਣਾ ਹੀ ਨਹੀਂ ਚਾਹੀਦਾ ਪਰ ਫਿਰ ਵੀ ਕੇਂਦਰ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਪੂਰਾ ਕਰਾਇਆ ਸੀ 1948 ਦੇ ਵਿੱਚ ਕਮਰਸਨ ਨੇ ਆਪਣੀ ਪੁਸਤਕ ਬੀਕਾਨੇਰ ਕੇ ਲਈ ਪਾਣੀ ਦੀ ਆਵਸ਼ਕਤਾ ਦੇ ਵਿੱਚ ਇਸ ਪ੍ਰੋਜੈਕਟ ਨੂੰ ਲਿਖਿਆ ਸੀ ਤੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਸੀ 1950 ਦੇ ਵਿੱਚ ਇਸ ਪ੍ਰੋਜੈਕਟ ਦੇ ਬਲੂਪ੍ਰਿੰਟ ਬਣ ਗਏ ਸੀ ਜਦੋਂ ਕੇਂਦਰ ਦੇ ਵਿੱਚ ਗੁਲਜ਼ਾਰੀ لال ਨੰਦਾ ਜੀ ਨੇ ਇਸ ਨੂੰ ਇਸ ਪ੍ਰੋਜੈਕਟ ਨੂੰ ਬਣਾਉਣ ਦੇ ਲਈ ਹਾਮੀ ਭਰੀ ਸੀ ਤੇ ਇਸ ਪ੍ਰੋਜੈਕਟ ਦੇ ਉੱਤੇ ਦਸਤਖਤ ਕਰਵਾਏ ਸੀਗੇ ਹੋਰ ਕੇਂਦਰੀ ਮੰਤਰੀਆਂ ਦੇ 1952 ਦੇ ਵਿੱਚ ਹਰੀਕੇ ਹੈਡਵਰਕਸ ਤੋਂ ਅ ਇਸ ਨਹਿਰ ਨੂੰ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ ਤੇ ਜਿਹੜਾ ਗੰਗ ਕਨਾਲ ਬੀਕਾਨੇਰ ਨੂੰ ਪਾਣੀ ਜਾਂਦਾ ਸੀ ਪਹਿਲਾਂ ਫਿਰੋਜ਼ਪੁਰ ਹੈਡਵਰਕਸ ਤੋਂ ਜਾਂਦਾ ਸੀ ਜਿਹਨੂੰ ਗੰਗ ਕਨਾਲ ਆਖਿਆ ਜਾਂਦਾ ਸੀ ਬ੍ਰਿਟਿਸ਼ ਗਵਰਨਮੈਂਟ ਨੂੰ ਬੀਕਾਨੇਰ ਦਾ ਰਾਜਾ ਪਾਣੀ ਦੇ ਬਦਲੇ ਮਾਲੀਆ ਦਿਆ ਕਰਦਾ ਸੀ ਜੋ ਪਾਣੀ ਫ੍ਰੀ ਨਹੀਂ ਜਾਇਆ ਕਰਦਾ ਸੀ ਪਰ 1950 ਤੋਂ ਬਾਅਦ ਜਿਹੜਾ ਪਾਣੀ ਆ ਉਹ ਫਿਰੋਜ਼ਪੁਰ ਤੋਂ ਬੰਦ ਕਰਕੇ ਗੰਗ ਕਨਾਲ ਨੂੰ ਬੰਦ ਕਰਕੇ ਕੇਂਦਰ ਸਰਕਾਰ ਨੇ ਹਰੀਕੇ ਹੈਡਵਰਕਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ 1952 ਤੋਂ ਇਹ ਕੰਮ ਸ਼ੁਰੂ ਹੋ ਗਿਆ ਸੀ ਤੇ ਇਹ ਨਹਿਰ ਦੀ ਜਿਹੜੀ ਖਦਾਈਆ ਸ਼ੁਰੂ ਕਰ ਦਿੱਤੀ ਗਈ ਸੀ ਇਹਨੂੰ ਉਸ ਸਮੇਂ ਰਾਜਸਥਾਨ ਕਨਾਲ ਦਾ ਨਾਮ ਦਿੱਤਾ ਗਿਆ ਸੀ 1958 ਦੇ ਵਿੱਚ ਜਦੋਂ ਇਹ ਪੂਰਾ ਹੋਇਆ ਤਾਂ ਗੋਬਿੰਦ ਵੱਲਭ ਜੀ ਨੇ ਇਸ ਦਾ ਉਦਘਾਟਨ ਕੀਤਾ ਸੀ ਜੋ ਉਸ ਸਮੇਂ ਦੇ ਕੇਂਦਰੀ ਮੰਤਰੀ ਸੀ ਉਸ ਸਮੇਂ ਇਹ ਨਹਿਰ ਹਨੂਮਾਨਗੜ੍ਹ ਤੱਕ ਜਾਂਦੀ ਸੀ 1972 ਦੇ ਵਿੱਚ ਹਨੂਮਾਨਗੜ੍ਹ ਤੋਂ ਲੈ ਕੇ ਬੀਕਾਨੇਰ ਵਿੱਚ ਦੀ ਜੈਸਲਮੇਰ ਤੱਕ ਇਸ ਨਹਿਰ ਨੂੰ ਹੋਰ ਵਧਾ ਦਿੱਤਾ ਗਿਆ 1972 ਚ ਹੋਰ ਪ੍ਰੋਜੈਕਟ ਤੇ 445 ਕਿਲੋਮੀਟਰ ਲੰਬਾ ਹੋਰ ਇਸ ਤੋਂ ਅੱਗੇ ਜਿਹੜਾ ਪ੍ਰੋਜੈਕਟ ਆ ਉਹ ਸ਼ੁਰੂ ਕੀਤਾ ਗਿਆ ਜੋ ਕਿ ਜੈਸਲਮੇਰ ਤੱਕ ਬਣਦਾ ਸੀ ਜੈਸਲਮੇਰ ਤੋਂ ਅੱਗੇ ਵੀ ਇਸ ਦੀ ਇੱਕ ਹੋਰ ਸ਼ਾਖਾ RAMDEV ਨਾਮੀ ਜਿਹੜੀ ਆ ਸ਼ਾਖਾ ਉਹ ਕੱਢੀ ਹੋਈ ਆ ਇਸ ਦੀਆਂ 7 ਲਿਫਟ ਨਹਿਰਾਂ ਨੇ ਤੇ 9 ਜਿਹੜੀਆਂ ਸ਼ਾਖਾਵਾਂ ਹੋਰ ਨੇ ਜੋ ਕਿ ਰਾਜਸਥਾਨ ਦੇ ਵਿੱਚ ਵਹਿਦੀਆਂ ਨੇ ਪੰਜਾਬ ਦੇ ਵਿੱਚ ਇਹ ਨਹਿਰ 169 ਕਿਲੋਮੀਟਰ ਵਹਿਦੀ ਆ ਬਾਕੀ ਸਾਰੀ ਦੀ ਸਾਰੀ ਨਹਿਰ ਰਾਜਸਥਾਨ ਚੋਂ ਨਿਕਲਦੀ ਹੋਈ ਜੈਸਲਮੇਰ ਤੱਕ ਜਾਂਦੀ ਹੈ। ਇਹਦੀ ਦੂਸਰੀ ਸ਼ਾਖਾ ਜਦੋਂ ਸ਼ੁਰੂ ਹੋਈ 1972 ਦੇ ਵਿੱਚ ਤਾਂ ਉਹਦਾ ਕੰਮ ਜਿਹੜਾ ਆ 1986 ਦੇ ਵਿੱਚ ਪੂਰਾ ਹੋਣਾ ਸੀ। ਇਹਦਾ ਪਹਿਲਾ ਨਾਂ ਜੋ 1958 ਚ ਰੱਖਿਆ ਗਿਆ ਸੀ ਉਹ ਰਾਜਸਥਾਨ ਕਨਾਲ ਕਿਹਾ ਜਾਂਦਾ ਸੀ ਇਸ ਨੂੰ। ਰਾਜਸਥਾਨ ਨਹਿਰ ਦੇ ਨਾਂ ਨਾਲ ਇਹ ਜਾਣੀ ਜਾਂਦੀ ਸੀ। ਪਰ 2 ਨਵੰਬਰ 1984 ਨੂੰ ਇਸ ਦਾ ਨਾਮ ਇੰਦਰਾ ਗਾਂਧੀ ਨਹਿਰ ਰੱਖ ਦਿੱਤਾ ਗਿਆ ਸੀ। ਪੰਜਾਬ ਦਾ 7.6 ਮਿਲੀਅਨ ਏਕੜ ਫੁੱਟ ਪਾਣੀ ਇਹ ਨਹਿਰ ਪੰਜਾਬ ਤੋਂ ਬਾਹਰ ਲੈ ਕੇ ਜਾ ਰਹੀ ਹੈ। ਅਤੇ ਪੰਜਾਬ ਦਾ ਕਿਸਾਨ ਕਯੂਬਵੈਲ ਲਾ ਕੇ ਧਰਤੀ ਹੇਠੋਂ ਪਾਣੀ ਕੱਢਣ ਲਈ ਮਜਬੂਰ ਹੈ ਜਿਹਦੀ ਬਿਜਲੀ ਵੀ ਮੁੱਲ ਦੀ ਹੈ ਅਤੇ ਪਾਣੀ ਤਾਂ ਮੁੱਲ ਦਾ ਹੈ ਹੀ ਅਤੇ ਪਾਣੀ ਦਾ ਪੱਧਰ ਵੀ ਦਿਨੋਂ-ਦਿਨ ਨੀਵਾ ਹੁੰਦਾ ਜਾਂਦਾ ਹੈ ਇੱਕ ਸਰਵੇ ਅਨੁਸਾਰ ਪੰਜਾਬ ਨੂੰ 69 ਮਿਲੀਅਨ ਏਕੜ ਫੁੱਟ ਪਾਣੀ ਦੀ ਜ਼ਰੂਰਤ ਹੈ ਜੋ ਕਿ ਖੇਤੀਬਾੜੀ ਲਈ ਅਤੇ ਇਥੋਂ ਦੀ ਇੰਡਸਟਰੀ ਲਈ ਜ਼ਰੂਰੀ ਹੈ ਪਰ ਪੰਜਾਬ ਦਾ 75% ਪਾਣੀ ਤਾਂ ਕੇਂਦਰ ਨੇ ਦੂਜੇ ਸੂਬਿਆਂ ਨੂੰ ਮੁਫਤ ਵੰਡਿਆ ਹੋਇਆ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਜਪਨੀਤ ਸਿੰਘ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾ ਜ਼ਿੰਦਾਬਾਦ ਚੈਨਲ ਫਰੀਦਕੋਟ